ਹਾਂਜੀ ਜੀ, ਉਹ ਬਲਵਿੰਦਰ ਸਿੰਘ ਆ, ਛੋਟੇ ਗੁਰਨਿਆਂ ਤੋਂ ਆ। ਇਹ ਨਾ ਹਰੇਕ ਕੁੜੀ ਨੂੰ, ਜਿੱਦਾਂ ਕਿ ਛੋਟੀ ਏਜ ਦੀਆਂ ਕੁੜੀਆਂ, ਸੋਹਣੀਆਂ ਕੁੜੀਆਂ ਨੇ, ਉਹਨਾਂ ਨੂੰ ਦੇਖ ਕੇ ਤਾਂ ਅਸੀਂ ਇੱਕ ਬੇਰੁਜ਼ਗਾਰ ਕੁੜੀਆਂ ਅਤੇ ਗਰੀਬ ਘਰ ਦੀਆਂ ਕੁੜੀਆਂ ਨੂੰ ਦੇਖ ਲੈਂਦਾ ਸੀ। ਦੇਖ ਕੇ ਬਾਅਦ ਦੇ ਵਿੱਚ ਇਹ ਕਰਦਾ ਸੀਗਾ ਕਿ ਮੈਂ ਤੁਹਾਨੂੰ ਨੌਕਰੀ ਦਵਾਊਂਗਾ, ਨੌਕਰੀ ਦਵਾ ਕੇ ਅਤੇ ਬਾਅਦ ਦੇ ਵਿੱਚ ਸਾਡੇ ਤੋਂ ਡਾਕੂਮੈਂਟ ਵੀ ਲੈ ਲੈਂਦਾ ਸੀ, ਡਾਕੂਮੈਂਟ ਦੇ ਸਮੇਤ ਪੈਸੇ ਵਗੈਰਾ ਅਤੇ ਸਰੀਰਕ ਸ਼ੋਸ਼ਣ ਵੀ ਕਰਦਾ ਸੀ। ਸਾਡੇ ਵਰਗੀਆਂ ਹੋਰ ਵੀ ਅਨੇਕਾਂ ਕੁੜੀਆਂ ਨੇ ਜਿਨ੍ਹਾਂ ਨਾਲ ਇਹਨਾਂ ਨੇ ਇੱਦਾਂ ਦੇ ਕੰਮ ਕੀਤੇ ਆ, ਬਟ ਸਾਨੂੰ ਇਨਸਾਫ ਨਹੀਂ ਮਿਲਿਆ, ਇਨਸਾਫ ਮਿਲਣਾ ਚਾਹੀਦਾ। ਉਹਨੇ ਨੌਕਰੀ ਦਿੱਤੀ? ਨਹੀਂ, ਕੋਈ ਨੌਕਰੀ ਨਹੀਂ ਦਿੱਤੀ ਗਈ, ਓਨਲੀ ਸਾਡੇ ਨਾਲ ਜਿਹੜਾ ਧੱਕਾ ਕੀਤਾ ਗਿਆ, ਪੈਸੇ ਲੈਤੇ ਗਏ ਆ, ਸਰੀਰਕ ਸ਼ੋਸ਼ਣ ਕੀਤਾ ਗਿਆ। ਹਾਂਜੀ, ਇਹ ਫੌਜੀ ਆ ਜਿਹੜਾ, ਇਹ ਬਹੁਤ ਸਾਰੀਆਂ ਗਰੀਬ ਘਰਾਂ ਦੀਆਂ ਕੁੜੀਆਂ ਨੂੰ ਸਾਨੂੰ ਨੌਕਰੀ ਦਾ ਝਾਂਸਾ ਦੇ ਕੇ ਅਤੇ ਬਹੁਤ ਸਾਰੀਆਂ ਹੋਰ ਗਰੀਬ ਕੁੜੀਆਂ ਸੀ ਜਿਹੜੀਆਂ ਨੂੰ ਸਾਨੂੰ ਕਹਿੰਦਾ ਸੀ ਕਿ ਤੁਹਾਨੂੰ ਮੈਂ ਨੌਕਰੀ ਦਵਾਊਂਗਾ, ਬਹੁਤ ਸਾਰੇ ਅਫਸਰਾਂ ਕੋਲ ਪੇਸ਼ ਕਰੂੰਗਾ, ਅਤੇ ਇਹ ਸਾਡੇ ਤੋਂ ਡਾਕੂਮੈਂਟ ਲੈ ਜਾਂਦਾ ਸੀ ਔਰ ਸਾਡੇ ਤੋਂ ਪੈਸੇ ਵੀ ਲੈਤੇ ਆ ਅਤੇ ਕੁੜੀਆਂ ਦਾ ਸਰੀਰਕ ਸ਼ੋਸ਼ਣ ਕਰਦਾ ਸੀ। ਇਹ ਬਹੁਤ ਹੀ ਕਰੈਕਟਰਲੈਸ ਬੰਦਾ, ਮਤਲਬ ਬਹੁਤ ਕੁੜੀਆਂ ਸਾਡੀਆਂ ਹੋਰ ਵੀ ਫਰੈਂਡਾਂ ਨੇ ਜਿਹੜੀਆਂ ਨਾਲ ਇੱਦਾਂ ਕੀਤਾ, ਅਤੇ ਸਾਨੂੰ, ਅਸੀਂ ਚਾਹੁੰਦੇ ਹਾਂ ਕਿ ਇਹਨੂੰ ਇਨਸਾਫ ਮਿਲੇ। ਇਹ ਸਾਰੀਆਂ ਲੜਕੀਆਂ ਨੂੰ, ਜੋ ਵੀ ਮੰਨ ਲਓ ਕਿ ਛੋਟੀ ਏਜ ਦੀਆਂ ਲੜਕੀਆਂ ਨੇ ਜਾਂ ਵੱਡੀ ਏਜ ਦੀਆਂ ਲੜਕੀਆਂ, ਇਹਨਾਂ ਲੱਗਦਾ ਸੀ ਵੀ ਗਰੀਬ ਘਰ ਦੀਆਂ ਕੁੜੀਆਂ ਨੇ ਵੀ ਇਹ ਭਟਕਦੀਆਂ ਫਿਰਦੀਆਂ ਨੇਗੀਆਂ ਨੌਕਰੀ ਲੈਣ ਤੋਂ, ਜਾਂ ਮੰਨ ਲਓ ਵੀ ਯਾਨੀ ਕਿ ਵੀ ਬਾਹਰ ਕੰਪਨੀਆਂ 'ਚ ਕੰਮ ਕਰਦੀਆਂ ਨੇਗੀਆਂ, ਤਾਂ ਉੱਦਾਂ ਦੀਆਂ ਲੜਕੀਆਂ ਨੂੰ ਇਹ ਵੀ ਯਾਨੀ ਕਿ ਕਹਿ ਦਿੰਦਾ ਸੀਗਾ, ਜੇ ਵੀ ਮੰਨ ਲਓ ਮੇਰੀਆਂ ਵੀ ਫਰੈਂਡਾਂ ਹੈਗੀਆਂ ਸੀ, ਉਹਨਾਂ ਨੂੰ ਵੀ ਕਹਿ ਦਿੰਦਾ ਸੀਗਾ ਵੀ ਹਾਂ ਵੀ ਨੌਕਰੀ ਦਵਾਊਂਗਾ ਤੁਹਾਨੂੰ ਮੈਂ, ਵੀ ਯਾਨੀ ਕਿ ਗਰੀਬ, ਜੇ ਤੁਸੀਂ ਗਰੀਬ ਹੋ ਤਾਂ ਮੈਂ ਸਾਰੇ ਪੈਸੇ ਖੁਦ ਲਾਊਂਗਾ, ਯਾਨੀ ਕਿ ਇੱਦਾਂ ਕਹਿ ਕੇ ਉਹਨਾਂ ਦੇ ਡਾਕੂਮੈਂਟਸ ਵੀ ਲੈ ਲੈਂਦਾ ਸੀਗਾ ਔਰ ਯਾਨੀ ਕਿ ਉਸ ਤੋਂ ਬਾਅਦ ਉਹਨਾਂ ਨੂੰ ਨੌਕਰੀਆਂ ਦਵਾਉਣ ਦਾ ਝਾਂਸਾ ਵੀ ਦਿੰਦਾ ਸੀਗਾ। ਬਾਅਦ ਦੇ ਵਿੱਚ ਉਹਨਾਂ ਕੁੜੀਆਂ ਨਾਲ ਹੀ ਯਾਨੀ ਕਿ ਫੋਨਾਂ 'ਤੇ ਗੱਲ ਗੁੱਲ ਕਰਕੇ ਅਤੇ ਉਹਨਾਂ ਦਾ ਯਾਨੀ ਕਿ ਗਲਤ ਇਸਤੇਮਾਲ ਵੀ ਕੀਤਾ ਕੁੜੀਆਂ ਦਾ ਇਹਨਾਂ ਨੇ, ਗਲਤ ਇਸਤੇਮਾਲ ਕਰਕੇ ਵੀ ਅੱਜ ਉਹ ਕੁੜੀਆਂ ਵੀ ਬਹੁਤ ਇਨਸਾਫ ਮੰਗਦੀਆਂ ਨੇਗੀਆਂ। ਅਸੀਂ ਪੁਲਿਸ ਕੋਲ ਵਾਰ ਵਾਰ ਜਾ ਕੇ ਥੱਕ ਗਏ ਹਾਂਗੇ ਪਰ ਕੋਈ ਇਨਸਾਫ ਨਹੀਂ ਮਿਲਿਆ ਗਾ, ਉਹ ਵੀ ਇਨਸਾਫ ਦੀ ਮੰਗ ਕਰ ਰਹੀਆਂ ਨੇਗੀਆਂ, ਇਹ 'ਤੇ ਬਣਦੀ ਕਾਰਵਾਈ ਕਰੀ ਜਾਵੇ ਜੀ। ਇਹ ਮੇਰੀ ਲੜਕੀ ਚੰਗੀ ਭਲੀ ਵੱਸਦੀ ਸੀ ਜੀ, ਮਾਨਸਾ ਦੇ ਵਿੱਚ ਵੱਸਦੀ ਸੀ ਅਤੇ ਉਸ ਤੋਂ ਮਤਲਬ ਕਿ ਪਹਿਲਾਂ ਇਸ ਆਪਣਾ ਧਾਗਾ ਫੈਕਟਰੀ ਵਿੱਚ ਕੰਮ ਕਰਦੀ ਸੀ। ਉੱਥੋਂ ਇਸ ਬੰਦੇ ਦੇ ਮਤਲਬ ਕਿ ਇਸ ਨੇ ਕਿਹਾ ਕਿ ਮੈਂ ਤੈਨੂੰ ਸਰਕਾਰੀ ਨੌਕਰੀ 'ਤੇ ਲਵਾ ਦੂੰਗਾ, ਤੂੰ ਪ੍ਰਾਈਵੇਟ ਨੌਕਰੀਆਂ ਦੇ ਵਿੱਚ ਕੀ ਪਿਆਗਾ, ਅਤੇ ਇਹਦੇ ਝਾਂਸੇ ਦੇ ਵਿੱਚ ਆ ਗਈ। ਝਾਂਸੇ ਦੇ ਵਿੱਚ ਆਉਣ ਤੋਂ ਬਾਅਦ ਮਤਲਬ ਕਿ ਇਸ ਨੇ ਜੋ ਮਤਲਬ ਕਿ 1.5 ਸਾਲ ਤੋਂ ਤਕਰੀਬਨ ਇਸ ਨਾਲ ਲੜਕੀ ਨਾਲ ਨਜਾਇਜ਼ ਸੰਬੰਧ ਕਰਦੇ ਕਾਇਮ ਵੀ ਕੀਤੇ ਜੋ ਕਿ ਇਹਦੇ ਚੱਲੇ ਆਉਂਦੇ ਲਗਾਤਾਰ। ਹੁਣ ਮਤਲਬ ਜਦੋਂ ਇਸ ਨੂੰ ਪਤਾ ਲੱਗਿਆ ਕਿ ਨਾਲੇ ਕਿ ਨਾ ਮੈਂ ਨੌਕਰੀ ਦਵਾ ਸਕਦਾ ਅਤੇ ਨਾ ਤਾਂ ਇਹ ਪੈਸੇ ਖਾ ਗਏ ਸਾਰੇ, ਅਤੇ ਨਾਲੇ ਮਤਲਬ ਉੱਠਿਆ ਸਾਨੂੰ ਹੁਣ ਧਮਕੀਆਂ ਵੀ ਦਿੰਦਾ ਕਿ ਜੋ ਕੁਛ ਵੀ ਕਿਸੇ ਨੇ ਕਰਨਾ ਉਹ ਮੇਰਾ ਕਰ ਸਕਦਾ। ਤੁਸੀਂ ਕੀ ਮੰਗ ਕਰਦੇ ਹੋ? ਅਸੀਂ ਮੰਗ ਇਹ ਕਰਦੇ ਹਾਂ ਸਾਨੂੰ ਮਤਲਬ ਕਿ ਇਸ ਤਰ੍ਹਾਂ ਕਰਕੇ ਇਨਸਾਫ ਮਿਲਣਾ ਚਾਹੀਦਾ। ਇੱਥੋਂ ਮਤਲਬ ਕਿ ਇਹ ਵੀ ਪਤਾ ਨਹੀਂ ਵੀ ਕਿੰਨੀਆਂ ਲੜਕੀਆਂ ਦੀ ਹੋਰ ਜ਼ਿੰਦਗੀ ਬਰਬਾਦ ਕਰ ਚੁੱਕਿਆ ਹੈ ਸਾਡੇ ਕੋਲ। ਇਹ ਮਤਲਬ ਕਿ ਸਾਡੇ ਕੋਲ ਮਤਲਬ ਕਿ ਇੱਕ ਪਟਿਆਲਾ ਚੰਡੀਗੜ੍ਹ ਕੁੜੀ ਰਹਿੰਦੀ ਹੈ, ਉਹਨੇ ਉਹਦਾ ਫੋਨ ਨੰਬਰ ਵੀ ਹੈਗਾ ਸਾਡੇ ਕੋਲ, ਉਹਦੇ ਨਾਲ ਗੱਲ ਵੀ ਹੋਈ ਹੈ, ਅਤੇ ਉਹ ਕਹਿੰਦੀ ਵੀ ਸਾਥੋਂ ਨੌਕਰੀ ਦਾ ਝਾਂਸਾ ਦੇ ਕੇ ਹੀ ਸਾਨੂੰ ਮਤਲਬ 4,45,000 ਦਾ ਮਤਲਬ ਕਿ ਇਹਨੇ ਸਾਥੋਂ ਲਏ ਹੋਏ ਨੇ, ਜਿਸ ਦੀ ਦਰਖਾਸਤ ਇਹ ਮਤਲਬ SSP ਦਫ਼ਤਰ ਮਾਨਸਾ ਵਿਖੇ ਵੀ ਦਾਇਰ ਕੀਤੀ ਹੋਈ ਹੈ। ਅਜੇ ਤੱਕ ਸਾਨੂੰ ਨਿਆਂ ਨਹੀਂ ਮਿਲਿਆ, ਉਹਨਾਂ ਨੇ ਵੀ ਸਾਨੂੰ ਦੱਸਿਆ ਹੋਰ ਕਿੱਥੋਂ ਕੁੜੀਆਂ ਨੇ, ਹੋਰ ਵੀ ਮਤਲਬ ਕਿ ਇਹਦੇ ਝਾਂਸੇ ਦੇ ਵਿੱਚ ਮੈਥੋਂ ਮੇਰੀ ਨਿਗਾਹ ਦੇ ਵਿੱਚ ਹੈ ਨਹੀਂ, ਹੋਰ ਵੀ ਕੁੜੀਆਂ ਹੈਗੀਆਂ ਨੇ। ਐਕਚੁਲੀ ਅਸੀਂ ਬਿਆਨਾਤ ਲਿਖ ਰਹੇ ਹਾਂ ਔਰ ਬੜਾ ਡੀਪਲੀ ਪੜਤਾਲ ਕਰ ਰਹੇ ਹਾਂ, ਜੋ ਵੀ ਤੱਥ ਸਾਹਮਣੇ ਆਏ ਉਹਦੇ ਆਧਾਰ 'ਤੇ ਕਾਰਵਾਈ ਕੀਤੀ ਜਾਊਗੀ। ਔਰਤ ਨੇ ਦੋਸ਼ ਕੀ ਲਾਏ? ਦੋਸ਼ ਲਿਵ ਇਨ ਰਿਲੇਸ਼ਨ 'ਚ ਵੀ ਰਹਿੰਦੇ ਸੀਗੇ, ਬਟ ਉਹਨੂੰ ਕੋਈ ਵਿਆਹ ਦਾ ਵੀ ਸਾਰੇ ਡਾਕੂਮੈਂਟਸ ਅਸੀਂ ਮੰਗਾਏ ਆ, ਚੈੱਕ ਕਰ ਲਈਏ, ਚੈੱਕ ਕਰ ਕੇ ਦਿੰਦੇ ਸੀ। ਰੂਹਾਨੀ ਅਤੇ ਕਾਲੇ ਇਲਮ ਦੀ ਮਾਹਿਰ ਬੇਗਮ ਰੁਖਸਾਨਾ ਜੀ, ਇੱਕ ਘੰਟੇ ਦੇ ਵਿੱਚ ਹੱਲ, ਵਸ਼ੀਕਰਨ ਮਾਹਿਰ, ਪਤੀ ਪਤਨੀ ਦੇ ਵਿੱਚ ਅਣਬਣ, ਵਿਦੇਸ਼ ਯਾਤਰਾ ਦੇ ਵਿੱਚ ਰੁਕਾਵਟ, ਵਿਆਹ ਦੇ ਵਿੱਚ ਦੇਰੀ, ਪਿਆਰ ਵਿਆਹ, ਪਿਆਰ ਦੇ ਵਿੱਚ ਧੋਖਾ ਖਾਏ ਪ੍ਰੇਮਿਕਾ ਪ੍ਰੇਮੀ, ਤੁਰੰਤ ਮਿਲੋ, ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗੇ, ਹਰ ਸਮੱਸਿਆ ਦਾ ਹੱਲ 101% ਗਾਰੰਟੀ ਦੇ ਨਾਲ ਕਰਾਂਗੇ, ਕਾਲੇ ਇਲਮ ਦਾ ਸਮਾਧਾਨ ਗਾਰੰਟੀ ਦੇ ਨਾਲ ਕਰਾਓ, ਪੁਰਾਣੇ ਤੋਂ ਪੁਰਾਣਾ ਜਾਦੂ ਜੜ ਤੋਂ ਖਤਮ, ਸੰਪਰਕ ਕਰੋ 97 817 71 820।